ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਹੈਗੇ ਆ ਸੈਮੀ ਪਟਿਆਲਾ ਸ਼ਾਹੀ, 6 ਪੇਚਾਂ ਵਾਲੀ ਸੈਮੀ ਪਟਿਆਲਾ ਸ਼ਾਹੀ ਪੱਗ ਦੀ। ਅਤੇ ਵੀਡੀਓ ਦੀ ਸਟਾਰਟਿੰਗ ਤੋਂ ਪਹਿਲਾਂ ਦੱਸਦਾ ਜੀ, ਜਿਨ੍ਹਾਂ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਸਾਡੀ ਲੇਟੈਸਟ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਅਤੇ ਵੀਡੀਓ ਦੀ ਸਟਾਰਟਿੰਗ ਆਪਾਂ ਬੇਸ ਤੋਂ ਕੀਤੀ ਆ, ਸਿੰਪਲ ਤਰੀਕੇ ਦਾ ਆਪਾਂ ਬੇਸ ਬੰਨਿਆ ਆਪਣੇ ਕੇਸਾਂ ਨੂੰ ਦੋ ਭਾਗਾਂ ਵਿੱਚ ਵੰਡ ਕੇ, ਦੋਨਾਂ ਸਾਈਡਾਂ ਦੇ ਗੋਲ ਟਰਨ ਕਰ ਦੇਣਾ, ਸਾਹਮਣੇ ਇੱਕ ਹਲਕੀ ਜਿਹੀ ਗੱਠ ਲਗਾ ਕੇ ਦੋਨਾਂ ਕੇਸਾਂ ਦੇ ਜਿਹੜੇ ਹਿੱਸੇ ਨੇ ਉਹਨੂੰ ਸਾਈਡਾਂ ਦੇ ਲਗਾ ਦੇਣਾ। ਜੇ ਤੁਹਾਡੇ ਕੇਸ ਅੱਗੇ ਤੱਕ ਨਹੀਂ ਆਉਂਦੇ ਤਾਂ ਉਹਨਾਂ ਨੂੰ ਸੇਮ ਸਟੈਪ ਤੁਸੀਂ ਬੈਕ ਸਾਈਡ 'ਤੇ ਲਗਾ ਦੇਣਾ। ਜੇ ਤਾਂ ਤੁਸੀਂ ਪਟਕਾ ਦੇਖ ਰਹੇ ਹੋ 1/2 ਮੀਟਰ ਦਾ, ਇਹ ਪਟਕਾ, ਇਹ ਆਪਾਂ ਛੋਟਾ ਜਿਹਾ ਪਟਕਾ ਜਿਹੜਾ 1/2 ਮੀਟਰ ਦਾ ਸਿਰ ਦੇ ਉੱਤੇ ਬੰਨਣਾ, ਕੇਸਾਂ ਨੂੰ ਢੱਕਣਾ। ਆਪਾਂ ਨੂੰ ਜ਼ਿਆਦਾ ਵੱਡੀ ਸ਼ੇਪ ਨਹੀਂ, ਬਿਲਕੁਲ ਪ੍ਰੋਪਰ ਜਿੰਨੀ ਕੁ 6 ਲੜਾਂ ਦੇ ਵਿੱਚ ਫੇਸ ਦੇ ਅਕੋਰਡਿੰਗ ਸ਼ੇਪ ਚਾਹੀਦੀ ਆ ਉਹਨਾਂ ਨੂੰ, ਉਨੀ ਆਪਾਂ ਨੂੰ ਸ਼ੇਪ ਲਿਆਉਣ ਦੇ ਲਈ ਆਪਾਂ ਬਿਲਕੁਲ ਸਿੰਪਲ ਕੇਸ ਬੰਨੇ ਹਾਂ। ਕੋਈ ਅਲੱਗ ਤੋਂ ਕੱਪੜਾ ਨਹੀਂ ਪਾਇਆ, ਸਿੰਪਲ ਜਿਹੜੀ ਉੱਤੇ ਪਟਕਾ ਜਾਂ ਬੰਨਿਆ, ਬਿਲਕੁਲ ਸਿੰਪਲ ਆਪਾਂ ਰੱਖਣਾ। ਅਤੇ ਬੈਕ ਸਾਈਡ 'ਤੇ ਆਪਾਂ ਇਹਨੀ ਚੰਗੀ ਤਰ੍ਹਾਂ ਗੱਠ ਲਗਾ ਕੇ ਚੰਗੀ ਤਰ੍ਹਾਂ ਟਾਈਟ ਕਰ ਲੈਣਾ। ਅਤੇ ਜਿਹੜੀ ਆਪਣੀ ਦਸਤਾਰ ਆ ਉਹਦੀ ਜਿਹੜੀ ਲੰਬਾਈ ਆ ਉਹ ਹੈਗੀ ਆ 7.25 ਮੀਟਰ, ਅਤੇ ਜਿਹੜਾ ਉਹਦਾ ਕੱਪੜਾ ਉਹ ਹੈਗਾ ਫੁੱਲ ਵੈਲ ਦੇ ਵਿੱਚ। ਬਿਲਕੁਲ ਛੋਟੀ ਜਿਹੀ ਸ਼ੇਪ ਲਿਆਉਣ ਲਈ, ਹਲਕੀ ਰੱਖਣ ਲਈ ਪੱਗ ਜੋ ਕੰਫਰਟੇਬਲ ਰਹੇ, ਸੋ ਆਪਾਂ ਫੁੱਲ ਵੈਲ ਦਾ ਕੱਪੜਾ ਵਰਤਿਆ। ਅਤੇ ਦਸਤਾਰ ਸਜਾਉਣ ਦਾ ਢੰਗ ਬਿਲਕੁਲ ਸੇਮ ਆ, ਤੁਸੀਂ ਰੂਬੀਆ ਕੱਪੜੇ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਜਿਹੜੇ ਸਟੈਪ ਤੁਹਾਨੂੰ ਦੱਸਾਂਗੇ ਉਹ ਫੋਲੋ ਕਰੋਗੇ, ਅਤੇ ਫੁੱਲ ਵੈਲ ਕੱਪੜੇ ਦੇ ਵਿੱਚ ਵੀ ਸੇਮ ਫਰਕ। ਬਸ ਇੰਨਾ ਆਊਗਾ ਕਿ ਫੁੱਲ ਵੈਲ ਦੇ ਵਿੱਚ ਜਿਹੜੀ ਸ਼ੇਪ ਦਾ ਥੋੜ੍ਹਾ ਸਾਈਜ਼ ਛੋਟਾ ਆਊਗਾ ਰੂਬੀਆ ਦੇ ਨਾਲੋਂ, ਸੋ ਇਹਦੇ ਵਿੱਚ ਕਨਫਿਊਜ਼ ਆਉਣ ਦੀ ਲੋੜ ਨਹੀਂ ਕਿ ਫੁੱਲ ਵੈਲ ਬੰਨੀਏ ਰੂਬੀਆ ਬੰਨੀਏ। ਅਗਰ ਪੱਗ ਦਾ ਸਾਈਜ਼ ਤੁਹਾਨੂੰ ਛੋਟਾ ਚਾਹੀਦਾ ਤਾਂ ਕੱਪੜਾ ਫੁੱਲ ਵੈਲ ਬੰਨੋ, ਅਗਰ ਥੋੜ੍ਹੀ ਫੁੱਲਮੀ ਅਤੇ ਭਾਰੀ ਸ਼ੇਪ ਚਾਹੁੰਦੇ ਹੋ ਵੱਡੀ ਤਾਂ ਰੂਬੀਆ। ਅਤੇ ਉਸ ਤੋਂ ਬਾਅਦ ਆਪਾਂ 50 ਲਗਾਉਣੀ ਆ, ਘੱਟੋ ਘੱਟ ਖਿਆਲ ਰਹੇ 3 ਉਂਗਲਾਂ ਮੱਥੇ ਤੋਂ ਉੱਪਰ ਹੋਵੇ, ਮਿਨੀਮਮ 3 ਹੋਣੀ ਚਾਹੀਦੀ ਆ 50। ਸੋ ਬੇਸਿਕਲੀ 3 ਜ਼ਰੂਰੀ ਹੋਣੀ ਚਾਹੀਦੀ ਆ, ਅਗਰ ਇਸ ਤੋਂ ਘੱਟ ਰੱਖਦੇ ਹਾਂ ਬਿਲਕੁਲ ਆਪਣਾ ਜਿਹੜਾ ਮੱਥਾ ਉਹ ਦਿਖਣਾ ਨਹੀਂ ਹੈਗਾ, ਕਵਰ ਹੋ ਜਾਣਾ 50 ਦੇ ਨਾਲ, ਪੱਗ ਨੀਚੇ ਬੰਨੀ ਜਾਣੀ ਆ। ਅਗਰ ਪੱਗ ਵੀ ਉੱਥੇ ਬੰਨੋਗੇ ਤਾਂ 50 ਤੁਹਾਡੀ ਵੱਡੀ ਹੋ ਜਾਣੀ ਆ, ਸੋ ਮਿਨੀਮਮ 3 ਉਂਗਲਾਂ ਰੱਖਣੀਆਂ ਨੇ। ਅਗਰ 4 ਵੀ ਰੱਖ ਸਕਦੇ ਹਾਂ ਪਰ ਪਹਿਲਾਂ ਆਪਾਂ 3 ਹੀ ਰੱਖਣੀ ਨੇ, ਬਾਅਦ ਦੇ ਵਿੱਚੋਂ ਅਗਰ ਤੁਹਾਨੂੰ ਲੱਗਦਾ ਕਿ 50 ਥੋੜ੍ਹੀ ਵੱਡੀ ਹੈ ਤਾਂ ਬਾਅਦ ਦੇ ਨਾਲ ਆਪਾਂ ਉਹਨੂੰ ਮੋੜ ਕੇ ਛੋਟੀ ਵੀ ਕਰ ਸਕਦੇ ਹਾਂ। ਸੋ ਪੂਣੀ ਜਿਹੜੀ ਆਪਾਂ ਬਿਲਕੁਲ ਸਿੰਪਲ ਕਰਨੀ ਆ, ਅਤੇ ਇਹਦੇ ਵਿੱਚ ਕਨਫਿਊਜ਼ ਹੋਣ ਦੀ ਲੋੜ ਨਹੀਂ ਕਿ ਤੈਅ ਵਾਲੀ ਪੂਣੀ ਜਾਂ ਕੋਈ ਹੋਰ ਅਲੱਗ ਤਰੀਕੇ ਤੋਂ 2 ਬੰਦਿਆਂ ਵਾਲੀ ਜਾਂ 3 ਵਾਲੀ, ਹੈ ਨਾ। ਸੋ ਮੇਨ ਕਲਾ ਜਿਹੜੀ ਪੂਣੀ ਦੇ ਵਿੱਚ ਨਹੀਂ, ਮੇਨ ਜੋ ਆਪਾਂ ਜੋ ਜਿਹੜੀ ਆਪਣੀ ਪ੍ਰੈਕਟਿਸ ਆ ਜਿੱਥੇ ਆਪਣਾ ਹੱਥ ਟੇਕਿਆ ਉਹ ਚੀਜ਼ ਆ, ਪੂਣੀ ਸਿੰਪਲ ਕਰਨੀ ਆ, ਬਸ ਕੱਪੜੇ ਨੂੰ ਆਪਾਂ ਇਕੱਠਾ ਕਰਨਾ ਹੁੰਦਾ। ਸੋ ਸਿੰਪਲ ਪੂਣੀ ਸਾਰਿਆਂ ਨੂੰ ਵਧੀਆ ਰਹਿੰਦੀ ਆ, ਮੈਂ ਤਾਂ ਇਹੀ ਸੁਜੈਸਟ ਕਰੂੰਗਾ, ਅਤੇ ਸੌਖੀ ਵੀ ਹੁੰਦੀ ਹੈ, ਇੱਕ ਬੰਦਾ ਵੀ ਉਹਨੂੰ ਕਰ ਸਕਦਾ। ਅਗਰ ਤੁਸੀਂ ਤੈਅ ਵਾਲੀ ਗਾਉਂਦੇ ਹੋ ਤੁਹਾਨੂੰ 2 ਬੰਦੇ ਜਾਂ ਤੁਹਾਨੂੰ ਬੰਨ ਕੇ ਕਰਨੀ ਪੈਂਦੀ ਆ, ਸੋ ਇਹ ਵਾਲਾ ਜਿਹੜਾ ਤਰੀਕਾ ਸਾਰਿਆਂ ਨੂੰ ਬੈਸਟ ਆ। ਪਹਿਲਾ ਲੜ ਆਪਾਂ ਸਿਰ ਦੇ ਬਿਲਕੁਲ ਉੱਪਰੋਂ ਲੈ ਕੇ ਅਤੇ ਥੋੜ੍ਹਾ ਜਿਹਾ ਲੜ ਨੂੰ ਸੱਜੇ ਪਾਸਿਓਂ ਲੈ ਕੇ ਆਉਣਾ, ਅਤੇ ਲੜ ਨੂੰ
ਖਿੱਚ ਕੇ ਅੰਦਰ ਨੂੰ ਫੋਲਡ ਕਰਕੇ ਮੋਟਾ ਕਰਕੇ ਅੱਧੀ ਅੱਖ 'ਤੇ ਅੱਧੀ ਗੱਲ 'ਤੇ ਲਗਾ ਲਿਆ। ਉਸ ਤੋਂ ਬਾਅਦ ਜਿਹੜਾ ਅਗਲਾ ਲੜਾ ਉਹਨੂੰ ਬਿਲਕੁਲ ਉੱਪਰੋਂ ਦੀ ਆਪਾਂ ਲੈ ਕੇ ਆਉਣਾ, ਕੰਨ ਦੇ ਬਿਲਕੁਲ ਉੱਪਰੋਂ ਦੀ। ਧਿਆਨ ਰਹੇ ਇਹ ਵਾਲਾ ਜਿਹੜਾ ਲੜਾ ਇਹਨੂੰ ਆਪਾਂ ਬਿਲਕੁਲ ਖੋਲ੍ਹਣਾ ਨਹੀਂ ਹੈਗਾ। ਕੁਝ ਟਟੋਰੀਅਲ ਮੈਂ ਦੇਖੇ ਆ ਯੂਟਿਊਬ 'ਤੇ, ਉਹ ਜਿਹੜਾ ਪਹਿਲਾ ਲੜਾ ਉਹ ਵੀ ਨੀਚੇ ਤੱਕ ਖਿਲਾਰਨ ਨੂੰ ਕਹਿੰਦੇ ਆ। ਖਿਲਾਰਨ ਦੇ ਵਿੱਚ ਪ੍ਰੋਬਲਮ ਕੋਈ ਨਹੀਂ ਹੈਗੀ, ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਆਪਾਂ ਲੜ ਮੋੜਨ ਲੱਗਦੇ ਹਾਂ, ਜਦੋਂ ਕੰਨ ਤੋਂ ਨੀਚੇ ਤੱਕ ਲੜ ਖਿਲਾ ਰਿਹਾ ਹੁੰਦਾ, ਮੋੜਨ ਵੇਲੇ ਪ੍ਰੋਬਲਮ ਆਉਂਦੀ ਹੈ। ਸੋ ਇਸ ਕਰਕੇ ਉਹਨੂੰ ਜ਼ਿਆਦਾ ਖੋਲ੍ਹਣ ਦੀ ਲੋੜ ਨਹੀਂ, ਹਲਕਾ ਜਿਹਾ ਉਹਨੂੰ ਖਿੱਚਣਾ, ਉਹਦੇ ਵਿੱਚ ਸਫਾਈ ਆਵੇ ਉਹਨਾਂ ਕੋ, ਬਾਕੀ ਉੱਪਰੋਂ ਨਾਲ ਦੀ ਨਾਲ ਉਹਨੂੰ ਮੋੜ ਕੇ ਆਪਾਂ ਲੜ ਲਗਾ ਦੇਣਾ ਆਪਣਾ। ਦੂਸਰੇ ਲੜ ਨੂੰ ਪਹਿਲੇ ਲੜ ਦੇ ਉੱਪਰ ਲੈ ਕੇ ਆਉਣਾ ਅਤੇ ਹੱਥਾਂ ਨਾਲ ਮੋੜ ਕੇ ਉਹਨੂੰ ਥੋੜ੍ਹਾ ਜਿਹਾ ਨੀਚੇ ਕਰ ਲੈਣਾ। ਕਿੰਨਾ ਨੀਚੇ ਕਰਨਾ ਤੁਸੀਂ ਗੈਪ ਦੇ ਸਕਦੇ ਹੋ। ਉੱਪਰਲੇ ਲੜਾਂ ਨੂੰ ਲਗਾਉਂਦੇ ਸਮੇਂ ਅਤੇ ਨੀਚੇ ਵਾਲੇ ਪੇਚਾਂ ਨੂੰ ਲਗਾਉਂਦੇ ਸਮੇਂ ਇੱਕ ਗੱਲ ਦਾ ਖਾਸ ਖਿਆਲ ਰੱਖਿਓ, ਅਗਰ ਤੁਸੀਂ ਸ਼ੇਪ ਪਟਿਆਲਾ ਸ਼ਾਹੀ ਬਣਾਉਣੀ ਹੈ, ਪਿਓਰ ਪਟਿਆਲਾ ਸ਼ਾਹੀ ਜਿਹਨੂੰ ਕਹਿੰਦੇ ਹਾਂ, ਤਾਂ ਜਿਹੜੇ ਤੁਹਾਡੇ ਉੱਪਰਲੇ ਲੜ ਨੇ ਉਹਨਾਂ 'ਚ ਗੈਪ ਜ਼ਿਆਦਾ ਹੋਣਾ ਚਾਹੀਦਾ, ਅਤੇ ਜਿਹੜੇ ਨੀਚੇ ਵਾਲੇ ਲੜ ਨੇ ਅਤੇ ਇਹਨਾਂ ਦੇ ਵਿੱਚ ਵੀ ਗੈਪ ਜ਼ਿਆਦਾ ਚਾਹੀਦਾ, ਤਾਂ ਜੋ ਉੱਪਰਲੇ ਪਾਸਿਓਂ ਜਿਹੜੀ ਆਪਣੀ ਰਾਈਟ ਸਾਈਡ ਆ ਪੱਗ ਨੀਚੇ ਤੱਕ ਘੁੰਮ ਕੇ ਆਵੇ ਸ਼ੇਪ, ਅਤੇ ਜਿਹੜੀ ਲੈਫਟ ਸਾਈਡ ਆ ਪੇਚਾਂ ਵਾਲਾ ਪਾਸਾ ਇਹ ਉੱਪਰ ਤੱਕ ਘੁੰਮ ਕੇ ਜਾਵੇ, ਤਾਂ ਜੋ ਪੱਗ ਜਿਹੜੀ ਫਰੰਟ ਤੋਂ ਪੂਰੀ ਘੁੰਮੀ ਹੋਵੇ, ਜਿੱਦਾਂ ਆਪਾਂ ਰਾਜਵੀਰ ਜਵੰਦਾ ਜੋ ਸਿੰਗਰ ਆ ਵੀਰ ਉਹਨਾਂ ਹੀ ਦੇਖਦੇ ਹਾਂ, ਉਹਨੂੰ ਆਪਾਂ ਪਿਓਰ ਪਟਿਆਲਾ ਸ਼ੇਪ ਕਹਿ ਸਕਦੇ, ਕਿਉਂਕਿ ਪੱਗ ਉੱਪਰ ਤੱਕ ਜਿਹੜੇ ਲੜ ਘੁੰਮੀ ਹੁੰਦੀ ਆ, ਜਿਹੜਾ ਉੱਤੇ ਸਿਰ ਵਾਲੀ ਜਗ੍ਹਾ ਹੁੰਦੀ ਬਿਲਕੁਲ ਛੋਟੀ ਜਿਹੀ ਹੁੰਦੀ ਹੈ ਹਲਕੀ ਜਿਹੀ। ਅਤੇ ਹੁਣ ਆਪਾਂ ਇਹ ਦਸਤਾਰ ਸਜਾ ਰਹੇ ਹਾਂ ਹੈਗੇ ਆ ਸੈਮੀ ਪਟਿਆਲਾ ਸ਼ਾਹੀ, ਇਹਦੇ ਵਿੱਚ ਕੀ ਆ ਜਿਹੜੇ ਉੱਪਰਲੇ ਲੜ ਨੇ ਉਹ ਜ਼ਿਆਦਾ ਨੀਚੇ ਨਹੀਂ ਆਉਣਗੇ, ਅਤੇ ਜਿਹੜੇ ਲੈਫਟ ਸਾਈਡ ਵਾਲੇ ਲੜ ਨੇ ਜਿਹੜੇ ਪੇਚ ਨੇ ਆਪਣੇ ਉਹ ਜ਼ਿਆਦਾ ਉੱਪਰ ਨਹੀਂ ਜਾਣਗੇ, ਪਟਿਆਲਾ ਸ਼ਾਹੀ ਹੋਊਗੀ, ਥੋੜ੍ਹੇ ਜਿਹੇ ਗੈਪ ਉਹਨਾਂ ਦਾ ਜਾਣੀ ਆਪਾਂ ਘਟਾ ਦੇਣਾ, ਤਾਂ ਜਿਹੜੀ ਆਪਣੀ ਸ਼ੇਪ ਆ ਉਹ ਸੈਮੀ ਪਟਿਆਲਾ ਸ਼ਾਹੀ ਆ ਜਾਣੀ ਆ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਚੌਥੇ ਲੜ 'ਤੇ ਆ ਗਏ, ਅਤੇ ਉੱਪਰੋਂ ਜਿਹੜੇ ਉੱਪਰਲੇ ਲੜ ਨੇ 3 ਲੱਗ ਚੁੱਕੇ ਨੇ, ਉਹ ਆਪਾਂ ਨਾਲ ਦੀ ਨਾਲ ਹਲਕੇ ਹਲਕੇ ਉੱਪਰ ਚੱਕੀ ਜਾਂਦੇ ਹਾਂ, ਅਤੇ ਉਹਨਾਂ ਨੂੰ ਵੀ ਪਿੰਚ ਕਰੀ ਜਾਂਦੇ ਹਾਂ ਕਿ ਉਹਨਾਂ 'ਚ ਸਫਾਈ ਵੀ ਆ ਜਾਂਦੀ ਆ ਅਤੇ ਉਹਨਾਂ ਦਾ ਗੈਪ ਵੀ ਮੇਨਟੇਨ ਰਹਿੰਦਾ। ਚੌਥੇ ਲੜ ਤੋਂ ਆਪਾਂ ਹਲਕੀ ਜਿਹੀ ਸ਼ੇਪ ਉੱਪਰ ਚੱਕਣੀ ਆ, ਅਤੇ ਨਾਲ ਦੀ ਨਾਲ ਉੱਪਰਲੇ ਖੋਲ੍ਹ ਕੇ ਉੱਪਰੋਂ ਮੋੜੀ ਜਾਣਾ, ਤਾਂ ਜੋ ਜਿਹੜੀ ਸ਼ੇਪ ਆ ਉੱਪਰ ਤੱਕ ਨਾ ਜਾਵੇ ਅਤੇ ਬਿਲਕੁਲ ਬਰਾਬਰੋਂ ਫਰੰਟ ਤੋਂ ਖੜਵੀਂ ਜਿਹੀ ਸ਼ੇਪ ਰਹੇ। ਅਗਲਾ ਲੜ ਤੁਸੀਂ ਦੇਖ ਸਕਦੇ ਹੋ, ਬਿਲਕੁਲ ਉਹਦੇ ਉੱਪਰ ਪਹਿਲਾਂ ਬਰਾਬਰ ਲੈ ਜਾਣਾ, ਨੀਚਿਓਂ ਅੱਖ ਤੱਕ ਉਹਨੂੰ ਪੂਰਾ ਖੋਲ੍ਹ ਕੇ, ਅੱਖ ਤੋਂ ਵੀ ਤੁਸੀਂ ਨੀਚੇ ਖੋਲ੍ਹ ਲੈਣਾ ਕਿਉਂਕਿ ਜਦੋਂ ਆਪਾਂ ਲੜ ਮੋੜਦੇ ਹਾਂ ਉੱਪਰ ਚੜ੍ਹ ਜਾਂਦਾ, ਉੱਪਰੋਂ ਹਲਕਾ ਜਿਹਾ ਫੋਲਡ ਕਰਕੇ ਨਾਲ ਦੀ ਨਾਲ ਉਹਨੂੰ ਆਪਾਂ ਨੀਚੇ ਲਿਆਉਣਾ, ਫਰੰਟ 'ਤੇ ਲਿਆ ਕੇ ਅੰਗੂਠੇ ਨੇ ਇੱਕ ਵਾਰ ਮੋੜ ਕੇ, ਉਸ ਤੋਂ ਬਾਅਦ ਹਲਕਾ ਜਿਹਾ ਖਿੱਚਣਾ। ਖਿੱਚਣ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਸਫਾਈ ਆ ਜਾਂਦੀ ਆ, ਅਤੇ ਉਸ ਤੋਂ ਬਾਅਦ ਦੂਸਰੀ ਵਾਰ ਉਹਨੂੰ ਉਂਗਲੀ ਅਤੇ ਅੰਗੂਠੇ ਦੋਨਾਂ ਦੀ ਮਦਦ ਨਾਲ ਉੱਪਰੋਂ ਅਤੇ ਨੀਚੇ ਉਹਨੂੰ ਮੋੜ ਦੇਣਾ। ਖਿੱਚਣ ਤੋਂ ਬਾਅਦ ਤੁਸੀਂ ਇੱਕ ਵਾਰ ਮੋੜਨਾ, ਅਗਰ ਲੋੜ ਪੈਂਦੀ ਹੈ ਤਾਂ ਦੂਸਰੀ ਵਾਰ ਮੋੜਨਾ, ਅਤੇ ਉਹਨੂੰ ਜ਼ਿਆਦਾ ਘੁੱਟ ਕੇ ਨਹੀਂ ਮੋੜਨਾ। ਅਗਰ 2 ਜਾਂ 3 ਵਾਰ ਤੁਸੀਂ ਲਗਾਤਾਰ ਲੜ ਨੂੰ ਮੋੜ ਰਹੇ ਹੋ ਅਤੇ ਜ਼ਿਆਦਾ ਜ਼ੋਰ ਉਹਦੇ 'ਤੇ ਦੇ ਰਹੇ ਹੋ, ਤਾਂ ਕੀ ਆ ਜਿਹੜਾ ਪੱਗ ਦੀ ਨੋਕ ਆ ਸੈਂਟਰ ਵਾਲੀ ਜਗ੍ਹਾ ਅੱਗੇ ਨੂੰ ਆਊਗੀ, ਥੋੜ੍ਹੀ ਦਸਤਾਰ ਤਿੱਖੀ ਹੋ ਜੂਗੀ। ਸੋ ਇਸ ਗੱਲ ਦਾ ਖਿਆਲ ਰੱਖਣਾ, ਜਦੋਂ ਵੀ ਲੜ ਖਿੱਚਣ ਤੋਂ ਬਾਅਦ ਮੋੜਨਾ, ਜਿਹੜਾ ਪਿੰਚ ਦੇਣਾ ਸੈਂਟਰ 'ਤੇ, ਉਹ ਜ਼ਿਆਦਾ ਘੁੱਟ ਕੇ ਨਹੀਂ ਦੇਣਾ, ਉਹਨੂੰ ਹਲਕਾ ਜਿਹਾ ਫੋਲਡ ਕਰਨਾ, ਤਾਂ ਜੋ ਜਿਹੜਾ ਆਪਣਾ ਲੜ ਆ ਉਹ ਜਿਹੜੀ ਆਪਾਂ ਖਿੱਚ ਕੇ ਸਫਾਈ ਕੀਤੀ ਆ ਉਹਦੇ ਉੱਪਰ ਟਿਕ ਜਾਵੇ। ਅਗਲਾ ਲੜ ਫਿਰ ਉਸੇ ਤਰੀਕੇ ਦੇ ਨਾਲ, ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਰਾਈਟ ਸਾਈਡ ਆ ਜ਼ਿਆਦਾ ਨੀਚੇ ਤੱਕ ਨਹੀਂ ਆਈ, ਅਗਰ ਆਪਾਂ ਫਰੰਟ ਤੋਂ ਦੇਖੀਏ ਤਾਂ ਬਿਲਕੁਲ ਬਰਾਬਰ ਬਰਾਬਰ ਸ਼ੇਪ ਆ। ਸੋ
ਇਸ ਕਰਕੇ ਆ ਕਿ ਜਿਹੜੇ ਆਪਣੇ ਉੱਪਰਲੇ ਲੜ ਨੇ ਰਾਈਟ ਸਾਈਡ ਦੇ, ਆਪਾਂ ਜ਼ਿਆਦਾ ਨੀਚੇ ਤੱਕ ਨਹੀਂ ਲਿਆਉਂਦੇ, ਅਤੇ ਜਿਹੜੇ ਇੱਧਰਲੇ ਆਪਣੇ ਲੈਫਟ ਸਾਈਡ ਵਾਲੇ ਪੇਚ ਨੇ ਉਹ ਜ਼ਿਆਦਾ ਉੱਪਰ ਤੱਕ ਨਹੀਂ ਲੈ ਕੇ ਗਏ। ਅਤੇ ਸਿਰ ਦੇ ਵਿੱਚ ਜਿਹੜੀ ਜਿੱਥੇ ਆਪਾਂ ਸੈੱਟ ਰੱਖਦੇ ਹਾਂ, ਜਿੱਦਾਂ ਜੇ ਉਹਦੇ ਵਿੱਚ ਗੈਪ ਜ਼ਿਆਦਾ ਹੁੰਦਾ, ਜ਼ਿਆਦਾ ਹੋਣਾ, ਜਿੱਦਾਂ ਆਪਾਂ ਇਹ ਸੈਮੀ ਪਟਿਆਲਾ ਗਈ, ਅਤੇ ਅਗਰ ਗੈਪ ਪੂਰਾ ਹੁੰਦਾ ਬਿਲਕੁਲ ਥੋੜ੍ਹਾ ਜਿਹਾ, ਸਿਰ 2 ਜਾਂ 3 ਉਂਗਲਾਂ ਦਾ ਢੱਕਿਆ ਹੁੰਦਾ, ਤਾਂ ਉਹ ਪਿਓਰ ਪਟਿਆਲਾ ਸ਼ੇਪ ਹੋ ਜਾਣੀ ਸੀ। ਸੋ ਇਹ ਗੱਲ ਦਾ ਖਿਆਲ ਰੱਖਿਓ। ਬਹੁਤ ਵੀਰ ਪੁੱਛਦਾ ਕਿ ਸੈਮੀ ਸ਼ੇਪ ਨਹੀਂ ਆਉਂਦੀ, ਕਿ ਉਹਨਾਂ ਦਾ ਪਹਿਲਾਂ ਵਾਲੀ ਦਸਤਾਰ ਦੇ ਹੱਥ ਡਿੱਗਿਆ, ਉੱਪਰ ਤੱਕ ਚੱਲ ਜਾਂਦੇ ਆ ਲੜ। ਸੋ ਮੇਨ ਗੱਲ ਇਹੀ ਆ ਕਿ ਗੈਪ ਆ ਜਿਹੜਾ ਉਹ ਘਟਾਉਂਦੇ ਜਾਓ, ਆਰਾਮ ਦੇ ਨਾਲ ਜਿਹੜੀ ਤੁਹਾਨੂੰ ਸ਼ੇਪ ਆ ਤੁਹਾਨੂੰ ਮਿਲ ਜੂਗੀ। ਅਤੇ ਫੁੱਲ ਬੈਲ ਦਾ ਕੱਪੜਾ ਇਸ ਕਰਕੇ ਵਰਤਿਆ ਜੀ, ਕੱਪੜਾ ਹਲਕਾ ਹੁੰਦਾ, ਅਤੇ ਮੇਰੇ ਫੇਸ ਦੇ ਅਕੋਰਡਿੰਗ ਜਾਂ ਇਹ ਏਜ ਦੇ ਵਿੱਚ ਤੁਸੀਂ ਕਹੋ ਵੀ ਜਿਵੇਂ ਛੋਟੇ ਵੀ ਲਾ ਲਓ, 14-15 ਸਾਲ ਦਾ ਬੱਚਾ, ਉਹ 6 ਲੜੀ ਦਸਤਾਰ ਸਜਾਉਣੀ ਚਾਹੁੰਦਾ ਹੈ ਨਾ, ਰੂਬੀਆ ਉਹਦੇ ਲਈ ਬਹੁਤ ਜ਼ਿਆਦਾ ਭਾਰੀ ਹੋਊਗੀ। ਸੋ ਫੁੱਲ ਬੈਲ ਦੇ ਉੱਤੋਂ 6 ਲੜੀ ਸਟਾਰਟ ਕਰ ਸਕਦਾ, ਅਤੇ 17-18 ਜੋ ਜੋ ਵੀਰ ਜੋਬ ਵਗੈਰਾ ਕਰਦੇ ਆ ਜਾਂ ਜੋ ਚਾਹੁੰਦੇ ਆ ਕਿ ਛੋਟੀ ਦਸਤਾਰ ਹੋਵੇ, ਸ਼ੇਪ ਉਹਦੀ ਛੋਟੀ ਲੱਗੇ, ਜ਼ਿਆਦਾ ਵੱਡੀ ਨਾ ਲੱਗੇ ਫੇਸ ਦੇ ਅਕੋਰਡਿੰਗ, ਕਈਆਂ ਦਾ ਵੀਰਾਂ ਦਾ ਫੇਸ ਕੀ ਆ ਪਤਲਾ। ਸੋ ਫੁੱਲ ਬੈਲ ਦਾ ਕੱਪੜਾ ਉਹਨਾਂ ਲਈ ਬਹੁਤ ਕੰਫਰਟੇਬਲ ਆ, ਸ਼ੇਪ ਦਾ ਜਿਹੜਾ ਸਾਈਜ਼ ਜ਼ਿਆਦਾ ਵੱਡਾ ਨਹੀਂ ਬਣਦਾ, ਬੰਨਣ ਦਾ ਤਰੀਕਾ ਸੇਮ ਆ। ਜਿਹੜੇ ਵੀ ਰੂਬੀਆ ਤੋਂ ਬੰਨਦੇ ਆ ਉਹਨਾਂ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਰੂਬੀਆ ਛੱਡ ਕੇ ਫੁੱਲ ਬੈਲ ਬੰਨੋ ਜਾਂ ਸ਼ੇਪ ਸੋਹਣੇ, ਨਹੀਂ, ਤੁਸੀਂ ਰੂਬੀਆ ਦੇ ਵਿੱਚ ਵੀ ਜਿਹੜਾ ਦੱਸਣ ਦਾ ਤਰੀਕਾ ਉਹ ਫੋਲੋ ਕਰੋ, ਅਤੇ ਮੇਨ ਚੀਜ਼ ਆ ਇੰਪਰੂਵਮੈਂਟ ਤੁਹਾਡੀ ਦਸਤਾਰ ਦੇ ਵਿੱਚ ਆਊਗੀ। ਲਾਸਟ ਲੜ ਲਗਾਉਣ ਤੋਂ ਪਹਿਲਾਂ ਆਪਾਂ ਸਫਾਈ ਕਰਨੀ ਆ ਵਿੱਚਾਂ ਦੀ, ਇੱਕ ਗੱਲ ਦਾ ਖਿਆਲ ਰਹੇ, ਸੀਰੀਅਲ ਵਾਈਜ਼ ਜਿਹੜੀ ਸਫਾਈ ਕਰਨੀ ਆ, ਚਾਹੇ ਤੁਸੀਂ ਨੀਚਿਓਂ ਸਟਾਰਟ ਕਰ ਲਓ ਚਾਹੇ ਉੱਪਰੋਂ ਤੋਂ ਨੀਚੇ ਵੱਲ ਨੂੰ ਆ ਜਾਓ, ਜ਼ਿਆਦਾ ਵਧੀਆ ਰਹੂਗਾ ਅਗਰ ਨੀਚੇ ਤੋਂ ਉੱਪਰ ਵੱਲ ਨੂੰ ਜਾਓਗੇ। ਅਤੇ ਇੱਦਾਂ ਨਹੀਂ ਕਿ ਇੱਕ ਵਾਰ ਪਹਿਲੇ ਲੜ 'ਚ ਬਾਜ ਫੇਰ ਤਾਂ ਉਸ ਤੋਂ ਬਾਅਦ ਤੀਸਰੇ ਚੌਥੇ 'ਚ, ਪਹਿਲੇ ਦੂਸਰੇ ਤੀਸਰੇ ਚੌਥੇ ਪੰਜਵੇਂ ਛੇਵੇਂ ਜਿੰਨੇ ਵੀ ਤੁਸੀਂ ਲੜ ਲਾਏ ਨੇ ਸੀਰੀਅਲ ਵਾਈਜ਼ ਜਾਣਾ ਉੱਪਰ ਤੱਕ, ਅਤੇ ਨਾਲ ਦੀ ਨਾਲ ਜਦੋਂ ਬਾਜ ਫੇਰਨਾ, ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਫਰੰਟ ਤੋਂ ਬੈਕ ਅਤੇ ਬੈਕ ਤੋਂ ਫਰੰਟ ਨੂੰ ਬਾਜ ਜਾ ਰਿਹਾ, ਅਤੇ ਹਲਕਾ ਹਲਕਾ ਜਿਹੜੇ ਪੇਜ ਨੇ ਅੰਦਰ ਨੂੰ ਫੋਲਡ ਹੋ ਰਹੇ ਨੇ, ਇਹਦੇ ਨਾਲ ਕੀ ਹੈ ਥੋੜ੍ਹੀ ਜਿਹੀ ਮੋਟਾਈ ਆਉਂਦੀ ਹੈ ਪੇਚਾਂ ਨੂੰ। ਅਤੇ ਜਦੋਂ ਆਪਾਂ ਜੇ ਪੇਚ 3D ਕਰਨੇ ਆ ਪਿੰਚ ਕਰਦੇ ਸਮੇਂ, ਹੈ ਨਾ, ਅਤੇ ਉਹ ਸੌਖੇ ਹੋ ਜਾਂਦੇ ਆ, ਪਤਲੇ ਲੜ ਹੁੰਦੇ ਆ, ਉਹ ਫਿਰ ਉਹ ਖੜਦੇ ਨਹੀਂ ਹੈਗੇ ਜਦੋਂ ਪਿੰਚ ਕਰ ਦਿੰਦੇ ਆ, 3D ਹੋਣ ਤੋਂ ਬਾਅਦ ਦੁਬਾਰਾ ਪਹਿਲਾਂ ਵਾਂਗੂ ਹੋ ਜਾਂਦੇ ਆ। ਸੋ ਇਸ ਕਰਕੇ ਥੋੜ੍ਹੇ ਥੋੜ੍ਹੇ ਅੰਦਰ ਨੂੰ ਫੋਲਡ ਹੋ ਗਏ ਨੇ, ਸਫਾਈ ਵਧੀਆ ਆ ਜਾਂਦੀ ਹੈ ਇੱਦਾਂ। ਅਤੇ ਬਾਜ ਫੇਰਨ ਦਾ ਮਤਲਬ ਇਹੀ ਨਹੀਂ ਹੁੰਦਾ ਕਿ ਆਪਾਂ ਇੱਕ ਸਫਾਈ ਹੋ ਜਾਂਦੇ ਹਾਂ ਦਸਤਾਰ ਦੇ ਵਿੱਚ, ਜਦੋਂ ਲੜ ਆਪਾਂ ਅੰਦਰ ਨੂੰ ਮੋੜਦੇ ਹਾਂ ਬਾਜ ਫੇਰ ਕੇ, ਉਹਦੇ ਨਾਲ ਜਿਹੜਾ ਪੇਚਾਂ ਦਾ ਗੈਪ ਉਹ ਇੱਕੋ ਜਿਹਾ ਹੋ ਜਾਂਦਾ, ਜਿੱਦਾਂ ਕਿ ਪਹਿਲੇ ਲੜ ਦੇ ਵਿੱਚ ਆਪਾਂ ਜ਼ਿਆਦਾ ਨਹੀਂ ਮੋੜਿਆ, ਦੂਸਰੇ ਤੀਸਰੇ ਜ਼ਿਆਦਾ ਲੜ ਅੰਦਰ ਮੋੜਿਆ, ਤਾਂ ਉਹ ਗੈਪ ਥੋੜ੍ਹਾ ਘੱਟ ਵੱਧ ਸੀਗਾ। ਅਤੇ ਜਿਹੜੇ ਉੱਪਰਲੇ ਲੜ ਨੇ ਉਹਨਾਂ ਨੂੰ ਵੀ ਨਾਲ ਦੀ ਨਾਲ ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਪਹਿਲੀਆਂ ਉਂਗਲੀਆਂ 3 ਨੇ ਉਹਨਾਂ ਦੇ ਨਾਲ 3 ਅੰਗੂਠੇ ਨਾਲ ਆਪਾਂ ਪਿੰਚ ਕਰਦੇ ਸੀਗੇ, ਪੇਚਾਂ ਦਾ ਗੈਪ ਉੱਪਰਲਿਆਂ ਦਾ ਮੇਨਟੇਨ ਰਿਹਾ, ਅਤੇ ਜਿਹੜੀ ਉਹਨਾਂ ਦੀ ਸਫਾਈ ਆ ਗਈ, ਆਪਾਂ ਨੂੰ ਅਲੱਗ ਤੋਂ ਬਾਜ ਦੇ ਨਾਲ ਸਫਾਈ ਕਰਨ ਦੀ ਲੋੜ ਨਹੀਂ। ਅਤੇ ਜਿਹੜੇ ਹੁਣ ਆਪਾਂ ਸਫਾਈ ਕਰਤੀ, ਉਸ ਤੋਂ ਬਾਅਦ ਹਲਕਾ ਹਲਕਾ ਪਿੰਚ ਕਰਨਾ, ਇੱਕ ਹੱਥ ਨਾਲ ਵੀ ਕਰ ਸਕਦੇ ਹੋ ਲਗਾਤਾਰ, ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ, ਦੋ ਹੱਥਾਂ ਦੇ ਨਾਲ ਵੀ ਲਗਾਤਾਰ ਕਰ ਸਕਦੇ ਹੋ, ਇਹਦੇ ਨਾਲ ਕੀ ਥੋੜ੍ਹਾ ਟਾਈਮ ਬਚਦਾ, ਇਹ ਇੱਕ ਹੱਥ ਨਾਲ 2 ਵਾਰ ਕਰਨਾ ਪੈਂਦਾ ਪਿੰਜ, ਅਤੇ ਦੋਨਾਂ ਹੱਥਾਂ ਦੇ ਨਾਲ ਉਹੀ ਆਪਣਾ ਜਿਹੜਾ ਘੱਟ ਸਮਾਂ ਲੱਗਦਾ ਆਪਾਂ ਨੂੰ। ਜਿੱਦਾਂ ਉਹਦੀ ਸ਼ੇਪ ਦੇ ਰਹੇ ਹੋ, ਬਿਲਕੁਲ ਪ੍ਰੋਪਰ ਸ਼ੇਪ ਆ, ਆਪਾਂ ਨੂੰ ਲੜ ਵੀ ਪੂਰਾ ਪੂਰਾ ਆ ਗਿਆ। ਅਤੇ ਹੁਣ ਵਾਰੀ ਆਉਂਦੀ ਆਪਣੇ ਲਾਸਟ ਲੜ ਦੀ,
ਜਿਹੜਾ ਹੁਣ ਤੁਸੀਂ ਲੜ ਦੇਖ ਰਹੇ ਹੋ ਲਾਸਟ ਲੜ ਲਗਾਉਣ ਤੋਂ ਪਹਿਲਾਂ ਵਾਲੇ ਨੀਚੇ ਵਾਲੇ ਲੜ, ਉਹ ਅੱਖ ਤੱਕ ਆਪਣੇ ਖੁੱਲ੍ਹੇ ਹੋਏ ਨੇ, ਇੱਥੇ ਤੱਕ ਆਪਣਾ ਜਿਹੜਾ ਲਾਸਟ ਲੜ ਆ ਬਿਲਕੁਲ ਟਾਈਟ ਰਹੂਗਾ, ਉਹਦੇ ਵਿੱਚ ਵਲ ਨਹੀਂ ਪੈਣਗੇ, ਟਾਈਟ ਰਹੂ, ਢਿੱਲਾ ਨਹੀਂ ਰਹੂਗਾ, ਠੀਕ ਆ ਜੀ। ਅਤੇ ਜਿਹੜੇ ਵੀਰਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਦਾ ਲਾਸਟ ਲੜ ਢਿੱਲਾ ਹੋ ਜਾਂਦਾ, ਸੋ ਪਹਿਲਾਂ ਵੀ ਮੈਂ ਇਹੀ ਕਿਹਾ ਸੀ ਕਿ ਅੱਖ ਤੋਂ ਵੀ ਨੀਚੇ ਤੱਕ ਲੜ ਨੂੰ ਖੋਲ੍ਹ ਕੇ ਲੈ ਕੇ ਜਾਓ, ਕਿਉਂਕਿ ਜਦੋਂ ਮੋੜਦੇ ਹਾਂ ਉੱਪਰ ਨੂੰ ਚਲੇ ਜਾਂਦਾ, ਅੱਖ ਤੋਂ ਨੀਚੇ ਤੱਕ ਖੋਲ੍ਹਿਆ ਹੋਊਗਾ ਤਾਂ ਅੱਖ ਤੱਕ ਉਹ ਆਪ ਹੀ ਰੁਕ ਜੂਗਾ। ਸੋ ਇੱਥੇ ਤੱਕ ਲੜ ਦੇਖ ਸਕਦੇ ਹੋ, ਪੂਰਾ ਸਫਾਈ ਅਤੇ ਪੂਰਾ ਟਾਈਟ ਆਪਣਾ ਲੜ, ਉੱਪਰਲੇ ਪਾਸੇ ਬਾਜ ਫੇਰ ਦੇਣਾ, ਜਿਹੜੇ ਇੱਕ ਦੋ ਵਾਲ ਰਹਿੰਦੇ ਆ ਉਹ ਆਪਣੇ ਉਹ ਵੀ ਨਿਕਲ ਜਾਣਗੇ। ਫਰੰਟ 'ਤੇ ਜਿੱਥੇ ਆਪਾਂ ਲੜ ਮੋੜਿਆ ਸੀ ਉੱਥੇ ਪੱਗ ਪੈਨ ਲਗਾਇਆ ਸੀ, ਉਹਦੇ ਬਿਲਕੁਲ ਨੀਚੇ ਲੜ ਲੈ ਆਉਣਾ, ਪੱਗ ਪੈਨ ਸਾਰਾ ਅੰਦਰ ਨਹੀਂ ਲਾਉਣਾ, ਹਲਕਾ ਜਿਹਾ ਬਾਹਰ ਰੱਖਣਾ ਤਾਂ ਜੋ ਜਿਹੜਾ ਉਹਦਾ ਲੜ ਉਹ ਖੜ ਸਕੇ ਉਹਦੇ ਉੱਤੇ, ਲੜ ਉਹਦੇ ਅੱਗੇ ਲਿਆ ਕੇ ਖਿੱਚ ਲੈਣਾ, ਉਸ ਤੋਂ ਬਾਅਦ ਉਹਨੂੰ ਘੁਮਾ ਦੇਣਾ। ਪਹਿਲਾਂ ਪੱਗ ਪੈਨ ਲਾਉਣ ਦਾ ਇਹੀ ਤਰੀਕਾ, ਮਤਲਬ ਉਹਦਾ ਆਪਾਂ ਨੂੰ ਇਹੀ ਫਾਇਦਾ ਪਹਿਲਾਂ ਪੱਗ ਪੈਨ ਲਾਇਆ ਦਾ ਕਿ ਜਿਹੜਾ ਲੜ ਆਪਾਂ ਮੋੜਨਾ ਲਾਸਟ ਉਹ ਸੌਖਾ ਮੁੜ ਜਾਂਦਾ, ਹਿੱਲਦਾ ਨਹੀਂ ਹੈਗਾ ਆਪਣੀ ਜਗ੍ਹਾ ਤੋਂ, ਕਈ ਵਾਰ ਕਿ ਜਦੋਂ ਆਪਾਂ ਲੜ ਘੁਮਾ ਕੇ ਫੇਰ ਪੱਗ ਪੈਨ ਲਾਉਂਦੇ ਉਹ ਸਹੀ ਨਹੀਂ ਮੁੜਦਾ, ਹੈ ਨਾ। ਸੋ ਇਸ ਕਰਕੇ ਪਹਿਲਾਂ ਆਪਾਂ ਪੱਗ ਪੈਨ ਲਗਾ ਲਈ ਤਾਂ ਉਹਦੇ ਨਾਲ ਲਾਸਟ ਲੜ ਖੜ ਜਾਂਦਾ। ਜਿਨ੍ਹਾਂ ਵੀਰਾਂ ਨੂੰ ਲਾਸਟ ਲੜ ਕਾਲੀ ਵਾਲੇ ਲੜ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਜਿੱਥੋਂ ਆਪਾਂ ਮੋਰਨੀ ਵਾਲਾ ਲੜ ਲਾਉਂਦੇ ਹਾਂ, ਇਹ ਪੱਗ ਪੈਨ ਦੇ ਨਾਲ ਲੜ ਆਪਣਾ ਖਿਸਕਦਾ ਨਹੀਂ। ਲੜ ਦੇ ਉੱਪਰਲੇ ਪਾਸੇ ਵੀ ਪੱਗ ਪੈਨ ਲਗਾ ਲੈਣੇ ਨੇ ਆਪਾਂ, ਤਾਂ ਜੋ ਜਿਹੜਾ ਆਪਣਾ ਲੜਾ ਢਿੱਲੇ ਨਾ ਹੋਵੇ, ਕਿਉਂਕਿ ਲੜ ਆਪਣਾ ਪੂਰਾ ਪੂਰਾ ਜੀ, ਸੋ ਉੱਪਰ ਆਪਾਂ ਨੂੰ ਦੋ ਜਾਂ ਤਿੰਨ ਪੱਗ ਪੈਨ ਦੀ ਜ਼ਰੂਰਤ ਹੋਊਗੀ, ਉਹ ਆਪਾਂ ਨੂੰ ਲਾਉਣੇ ਪੈਣਗੇ। ਉਮੀਦ ਆ ਜਿਹੜੀ ਇਹ ਵੀਡੀਓ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਈ ਹੋਵੇਗੀ, ਬਹੁਤ ਗੱਲਾਂ ਤੁਸੀਂ ਸਿੱਖੀਆਂ ਹੋਣਗੀਆਂ ਇਸ ਟਟੋਰੀਅਲ ਦੇ ਅੰਦਰ, ਅਤੇ ਬਹੁਤ ਜਲਦ ਆਪਾਂ ਮਿਲਦੇ ਹਾਂ ਜੀ ਆਪਾਂ ਨਵੇਂ ਟਟੋਰੀਅਲ ਦੇ ਨਾਲ। ਅਤੇ ਜਿੰਨੇ ਵੀ ਯੂਟਿਊਬ ਫੈਮਿਲੀ ਅਤੇ ਆਪਣੇ ਵੀਰ ਜੁੜੇ ਹੋਏ ਨੇ, ਵੀਡੀਓ ਜਿਨ੍ਹਾਂ ਵੀਰਾਂ ਨੇ ਦੇਖ ਰਹੇ ਹੋ, ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਦਾ। ਅਤੇ ਵੀਡੀਓ ਦੇਖਣ ਤੋਂ ਬਾਅਦ ਘਰ ਪ੍ਰੈਕਟਿਸ ਜ਼ਰੂਰ ਕਰਿਓ, ਦਸਤਾਰ ਸਜਾ ਕੇ ਸਜਾਉਣ ਵੇਲੇ ਵੀ ਵੀਡੀਓ ਪਲੇ ਕਰ ਲਿਆ ਕਰੋ, ਕਾਫੀ ਗੱਲਾਂ ਮਾਈਂਡ 'ਚ ਸਕਿੱਪ ਹੋ ਜਾਂਦੀਆਂ ਨੇ ਅਤੇ ਆਪਾਂ ਨਾਲ ਦੀ ਨਾਲ ਜਿਹੜੀ ਆ ਪਤਾ ਲੱਗਦੀਆਂ ਰਹਿੰਦੀਆਂ ਨੇ। ਸੋ ਮਿਲਦੇ ਹਾਂ ਆਪਾਂ ਬਹੁਤ ਜਲਦ ਅਗਲੀ ਵੀਡੀਓ ਦੇ ਨਾਲ, ਵੀਡੀਓ ਨੂੰ ਲਾਈਕ ਕਰ ਦਿਓ ਜੀ, ਵੀਡੀਓ ਦੇ ਲਈ ਤੁਹਾਡਾ ਕਮੈਂਟ ਤੁਸੀਂ ਕਰ ਸਕਦੇ ਹੋ, ਅਗਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ, ਠੀਕ ਲੱਗੀ ਵੀਡੀਓ ਤਾਂ ਤੁਸੀਂ ਦੱਸ ਸਕਦੇ ਹੋ ਵੀਡੀਓ ਕਿਵੇਂ ਲੱਗੀ, ਕਮੈਂਟ ਜ਼ਰੂਰ ਕਰ ਦਿਓ, ਅਤੇ ਨਾਲ ਹੀ ਫੀਡਬੈਕ ਜ਼ਰੂਰ ਦਿਓ ਜੀ, ਅਗਰ ਕਮੀ ਤਾਂ ਇੱਕ ਨਹੀਂ ਬਹੁਤ ਕਮੀਆਂ ਰਹਿ ਜਾਂਦੀਆਂ ਨੇ। ਸੋ ਜਿੱਥੇ ਲੱਗਦਾ ਕਿ ਵੀਡੀਓ ਦੀ ਪਹਿਲਾਂ ਕੁਆਲਿਟੀ ਨੂੰ ਲੈ ਕੇ ਕਹਿੰਦੇ ਸੀ ਕਿ ਵੀਰ ਕੁਆਲਿਟੀ ਥੋੜ੍ਹੀ ਡਾਊਨ ਹੁੰਦੀ ਹੈ, ਸੋ ਹੁਣ ਕੁਆਲਿਟੀ ਆ ਜਿਹੜੀ ਵੀਡੀਓ ਦੀ ਆਪਾਂ ਪੂਰੀ ਵਧੀਆ ਕਰਤੀ ਆ, ਅਗਰ ਹੋਰ ਕੋਈ ਵੀ ਤੁਹਾਨੂੰ ਲੱਗਦਾ ਕਿ ਉਹ ਫੀਡਬੈਕ ਜ਼ਰੂਰ ਦਿਓ ਜੀ, ਆਪਾਂ ਨੈਕਸਟ ਵੀਡੀਓ 'ਚ ਕੋਸ਼ਿਸ਼ ਕਰਾਂਗੇ ਉਹਨੂੰ ਸੁਧਾਰ ਕਰਾਂਗੇ। ਅਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਬੈੱਲ ਆਈਕਨ ਜ਼ਰੂਰ ਦਬਾ ਦਿਓ, ਬਹੁਤ ਵੀਰਾਂ ਨੇ ਬੈੱਲ ਆਈਕਨ ਨਹੀਂ ਦਬਾਏ ਹੋਏ, ਫੋਨ ਕਰਕੇ ਪੁੱਛਦੇ ਆ ਜੀ ਵੀਡੀਓ ਨਹੀਂ ਆ ਰਹੀ, ਵੀਡੀਓ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਵੀ ਪੈ ਜਾਂਦੇ ਨੇ, ਨਹੀਂ ਜੇ ਤਿੰਨ ਨਾ ਪੈਣ ਤਾਂ ਦੋ, ਨਹੀਂ ਤਾਂ ਇੱਕ ਵੀਡੀਓ ਹਫ਼ਤੇ ਦੀ ਪੱਕੀ ਹੁੰਦੀ ਆ। ਸੋ ਬੈੱਲ ਆਈਕਨ ਦਬਾ ਲਿਓ, ਉਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਆ ਰਹਿਣਗੀਆਂ ਵੀਡੀਓ ਦੀਆਂ।
ਉਹ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਓ, ਅਤੇ ਨਾਲ ਜਿਹੜਾ ਇਹਦਾ ਵੀਡੀਓ ਦਾ ਲਿੰਕ ਆ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਹੋਰ ਵੀਰਾਂ ਤੱਕ ਵੀਡੀਓ ਆਪਣੀ ਪਹੁੰਚ ਸਕੇ। ਸੋ ਮਿਲਦੇ ਹਾਂ ਜੀ ਆਪਾਂ ਬਹੁਤ ਹੀ ਜਲਦ ਅਗਲੀ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।